नमस्कार दोस्तों, मैं हूं गौतम गर्ग और आप देख रहे हैं नंगल सिटी अपडेट। जिला बिलासपुर की अंतिम सीमा के साथ लगती उपमंडल स्वारघाट की ग्राम पंचायत कोडावली के गांव रखबड़ी के बाशिंदे आज तक भी सड़क सुविधा से वंचित हैं। हालात यह हो गए हैं कि ग्रामीणों को पैदल चलने योग्य तक दुरुस्त रास्ता नहीं है और मजबूरन उन्हें कीचड़ युक्त रास्ते से गुजरना पड़ता है। ग्रामीणों का कहना है कि इस कीचड़ भरे रास्ते से रोज़ उनके स्कूली बच्चों का आना जाना है और कई बार तो बच्चों की यूनिफॉर्म तक खराब हो जाती है। ग्रामीण कहते हैं कि स्थानीय पंचायतों संग कई सरकारें आई और कई सरकारें गई, परंतु उनका यह कीचड़ से सना रास्ता नहीं बदला। गाँव की महिलाओं का कहना है कि खराब रास्ते के कारण उनके रिश्तेदार तक उनके गाँव में आने से मना करते हैं। हरदम पानी से भरे इस रास्ते से बरसात के मौसम में तो हालात तब और भी बिगड़ जाते हैं जब यह खड्ड उफान पर आ जाती है। उनका कहना था कि सड़क को लेकर कई बार वह पंचायत प्रतिनिधियों से मिले लेकिन समस्या का हल नहीं हुआ। ग्रामीणों ने चेतावनी दी है कि यदि उनके रास्ते का हल नहीं हुआ तो वे NH के गर्म मड़ों पर धरना प्रदर्शन करेंगे। उल्लेखनीय है कि पिछले वर्ष इस संपर्क सड़क को लेकर PWD विभाग द्वारा सर्वे भी करवाया गया था जो कि ठंडे बस्ते चला गया है, जिस पर आज तक कोई गौर नहीं हुआ है। इस संबंध में जब पंचायत के प्रधान प्रदीप कुमार ठाकुर से बात की गई तो उन्होंने बताया कि इस संपर्क सड़क को मनरेगा सेल्फ में डाला गया है और सिक्योरिटी मिलते ही इस काम को करवाया जाएगा। बिलासपुर से सुभाष चंदेल की रिपोर्ट। ਸਤਿ ਸ਼੍ਰੀ ਅਕਾਲ ਜੀ, ਤੁਸੀਂ ਸਾਡੇ ਸੜਕ ਦੇਖ ਰਹੇ ਹੋ। ਸਾਡੇ ਇੱਧਰ ਆਉਣ ਜਾਣ ਦੀ ਬਹੁਤ ਔਖੀ ਹੁੰਦੀ ਹੈ, ਬਰਸਾਤਾਂ ਨੂੰ ਬਹੁਤ ਔਖੀ ਹੁੰਦੀ ਹੈ। ਸਾਡੀ ਬਰਸਾਤਾਂ ਵਿੱਚ ਵਗਦੀ ਵੀ ਸਾਰੀ ਯੂਨੀਫਾਰਮ ਸਾਰੀ ਗੰਦੀ ਹੋ ਜਾਂਦੀ ਹੈ ਅਤੇ ਸਾਨੂੰ ਟੀਚਰ ਵੀ ਗਾਲਾਂ ਕੱਢਦੇ ਨੇ। ਇਸ ਕਰਕੇ ਸਾਡੇ ਰਸਤੇ ਦਾ ਹੱਲ ਕੀਤਾ ਜਾਵੇ ਅਤੇ ਸਾਡੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਦੇਖੋ ਸਾਡੇ ਰਸਤੇ ਲਈ ਬਹੁਤ ਦਿੱਕਤ ਹੈ। ਬੱਚੇ ਸਕੂਲ ਜਾਂਦੇ ਬੜਾ ਔਖਾ ਹੋ ਜਾਂਦਾ, ਬੱਚਿਆਂ ਦੀ ਵਰਦੀ ਵੀ ਖਰਾਬ ਹੋ ਜਾਂਦੀ ਅਤੇ ਜਦੋਂ ਕਿਸੇ ਨੂੰ ਸੱਟ ਚੋਟ ਲੱਗਦੀ, ਕੋਈ ਬਿਮਾਰ ਹੁੰਦਾ, ਸਾਨੂੰ ਲਿਜਾਣ ਦੀ ਬਹੁਤ ਦਿੱਕਤ ਹੈ। ਅਗਰ ਰਾਤ ਨੂੰ ਵੀ ਲੋੜ ਪੈ ਜਾਵੇ, ਦੇਖੋ ਪਾਣੀ ਇੱਥੇ ਸਾਰਾ ਦਿਨ ਰਾਤ ਇਸ ਤਰ੍ਹਾਂ ਹੀ ਰਹਿੰਦਾ। ਬਰਸਾਤਾਂ 'ਚ ਤਾਂ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ। ਸਾਨੂੰ ਲੰਘਣ ਦੀ ਵੀ ਇੰਨੀ ਦਿੱਕਤ ਹੈ ਕਿ ਸਾਡੇ ਰਿਸ਼ਤੇਦਾਰ ਵੀ ਕੋਈ ਨਹੀਂ ਆਉਂਦਾ। ਜਦੋਂ ਅਸੀਂ ਬਿਮਾਰ ਸ਼ਮਾਰ ਹੋ ਜਾਈਏ, ਦੇਖੋ ਇੱਥੋਂ ਤੋਂ ਬੱਚਿਆਂ ਨੂੰ ਵੀ ਚੱਕ ਕੇ ਲਿਜਾਣਾ ਪੈਂਦਾ, ਜਦੋਂ ਕਿ ਅਗਰ ਕੋਈ ਬਜ਼ੁਰਗ ਹੋਵੇ ਤਾਂ ਅਸੀਂ ਉਹਨੂੰ ਇੱਥੋਂ ਕਿੱਦਾਂ ਲਿਜਾ ਸਕਦੇ। ਇਸ ਕਰਕੇ ਸਾਡੀ ਇਹੀ ਬੇਨਤੀ ਹੈ ਸਰਕਾਰ ਅੱਗੇ ਕਿ ਸਾਡੇ ਰਸਤੇ ਦਾ ਹੱਲ ਕੀਤਾ ਜਾਵੇ। ਹੋਰ ਸਾਨੂੰ ਬਸ ਇਹੀ ਚਾਹੀਦਾ ਸਰਕਾਰ ਤੋਂ, ਹੋਰ ਸਾਡੀ ਕੋਈ ਮੰਗ ਨਹੀਂ ਇਸ ਤੋਂ ਇਲਾਵਾ। ਦੇਖੋ ਇੰਨੀਆਂ ਪੰਚਾਇਤਾਂ ਆਈਆਂ, ਇੰਨੀ ਸਰਕਾਰ ਆਈ, ਪਰ ਕਿਸੇ ਨੇ ਅੱਜ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ। ਸਾਡੀ ਇਹੀ ਬੇਨਤੀ ਹੈ ਸਰਕਾਰ ਅੱਗੇ ਹੱਥ ਜੋੜ ਕੇ ਕਿ ਸਾਡੇ ਰਸਤੇ ਦਾ ਹੱਲ ਕੀਤਾ ਜਾਵੇ ਅਤੇ ਸਾਡੀ ਇਸ ਮੁਸ਼ਕਲ ਨੂੰ ਦੂਰ ਕੀਤਾ ਜਾਵੇ। ਵਾਹਿਗੁਰੂ ਜੀ ਕੀ ਫਤਿਹ। ਸਰਕਾਰ ਮੂਹਰੇ ਸਾਡਾ ਨਿਵੇਦਨ ਹੈ ਕਿ ਮਹਾਰਾਜ ਹਲੇ ਰੋਹੀ ਹੈ, ਰੋਹੀ ਦੇ ਵਿੱਚ ਸਾਡਾ ਇਹ ਪੋਜੀਸ਼ਨ ਹੈ। ਬੱਚੇ ਸਾਡੇ ਸਕੂਲ ਜਾਣ 'ਤੇ ਕਦੀ ਵੀ ਟਾਈਮ ਸਿਰ ਨਹੀਂ ਪਹੁੰਚਦੇ, ਮੋਟਰਸਾਈਕਲ ਵੀ ਇੱਥੇ 'ਤੇ ਲੰਘਦਾ ਨਹੀਂ, ਗੱਡੀ ਵੀ ਨਹੀਂ ਲੰਘਦੀ। ਸਾਡੇ ਵਾਸਤੇ ਕਿਹਾ ਸਰਕਾਰ ਕੋਈ ਸੋਚ ਹੀ ਨਹੀਂ ਰਹੀ ਕਿ ਅਸੀਂ ਨਿਮੰਦੇ ਨਹੀਂ ਇੱਥੇ ਦੇ, 70 ਸਾਲ ਦੇ ਰਹਿਣ ਵਾਲੇ ਆ ਇਸ ਜਗ੍ਹਾ 'ਤੇ। 100 ਆਦਮੀ ਦਾ ਇੱਥੇ ਰਸਤਾ, 100 ਆਦਮੀ ਦਾ ਸਬੂਤ ਕਰਨਾ ਅਤੇ ਪੰਜਾਬ ਦੇ ਵਿੱਚ ਪਤਾ ਕਰ ਸਕਦੇ ਵੀ ਇੱਥੇ ਦੇ ਬੱਚੇ ਹੜੇ ਵੇ, ਅਸੀਂ ਕਿਸ ਤਰ੍ਹਾਂ ਫੜੇ ਭਰੀ ਵੀ ਨਦੀ 'ਤੇ, ਪਰ ਫਿਰ ਵੀ ਪ੍ਰਸ਼ਾਸਨ ਨੇ ਸਾਡੀ ਕੋਈ ਅੱਜ ਤੱਕ ਸੁਣਵਾਈ ਨਹੀਂ ਕੀਤੀ। ਸਾਡੇ ਰਿਸ਼ਤੇਦਾਰ ਵੀ ਸਾਡੇ ਆਉਣੇ 'ਤੇ ਮਨਾਹੀ ਕਰ ਰਹੇ, ਸਾਡੇ ਰਿਸ਼ਤੇ ਨਿਆਣਿਆਂ ਦੇ ਹੋਣੇ 'ਤੇ ਅੱਗੇ ਵੀ ਬੰਦ ਹੋ ਰਹੇ। ਸਰਕਾਰ ਸਾਡੀ ਕਿਆ ਸੁਣਵਾਈ ਨਹੀਂ ਪਾਈ? ਅਸੀਂ ਇੱਥੇ ਦੇ ਜੀਵਨ ਨਹੀਂ ਹੈ ਕਿਆ? ਕਿਆ ਅਸੀਂ ਅਧਿਕਾਰੀ ਨਹੀਂ ਇੱਥੇ ਦੇ? ਕੋਈ ਸਾਡੀ ਸੁਣਾਈ ਪੰਚਾਇਤ ਵੀ ਨਹੀਂ ਕਰਦੀ। ਜਿੰਨੀ ਪੰਚਾਇਤ ਆਉਂਦੀ ਲੱਬੀ ਪਲੇਸੀ ਕਰਕੇ ਉਹ ਜਾਂਦੀ ਹਰ ਵਾਰੀ ਸਾਨੂੰ 10-20 ਹਜ਼ਾਰ ਰੁਪਇਆ ਕੋਲ 'ਤੇ ਖਰਚਣਾ ਪੈਂਦਾ। ਸਾਡੇ ਵਾਸਤੇ ਕਿਆ ਉਹ ਸੁਣਾਈ ਸਰਕਾਰ ਕਰ ਹੀ ਨਹੀਂ ਰਹੀ? ਸਾਡੇ ਵਾਸਤੇ ਕਿਆ ਪੈਸਾ ਹੀ ਖਤਮ ਹੋ ਗਿਆ? ਜੇ ਤਾਂ ਤੁਸੀਂ ਇਸ ਗੱਲ ਦਾ ਸਾਧਨ ਕੋਈ ਕਰ ਸਕਦੇ, ਸਰਕਾਰ ਸਾਡੀ ਹੱਥ ਬੰਨ ਕੇ ਬੇਨਤੀ ਹੈ, ਨਹੀਂ ਤਾਂ ਫਿਰ ਅਸੀਂ ਮਤਲਬ ਮੋੜੇ ਬੈਰੀਅਲ 'ਤੇ ਧਰਨਾ ਮਾਰਾਂਗੇ। ਅਸੀਂ ਜਦ ਤੱਕ ਸਾਡਾ ਹੱਲ ਨਹੀਂ ਹੋਇਆ, ਜਦ ਤੱਕ ਅਸੀਂ ਬਿਲਕੁਲ ਉੱਥੇ 'ਤੇ ਨਹੀਂ ਉੱਠਾਂਗੇ, ਮਰ ਜਾਵਾਂਗੇ ਜਾਂ ਮਾਰ ਦੇਵਾਂਗੇ। ਇਹ ਸਾਡੀ ਬੇਨਤੀ ਹੈ। ਅਸੀਂ ਸਰਕਾਰ ਨੂੰ ਹੱਥ ਬੰਨ ਕੇ 100 ਵਾਰੀ ਕੀਤਾ, ਅੱਜ ਤੱਕ ਕਿਸੇ ਨੇ ਸਾਡੀ ਸੁਣਾਈ ਨਹੀਂ ਪਾਈ। ਜੇ ਸਾਨੂੰ ਕੋਈ ਮ੍ਰਿਤੂ ਵੀ ਹੋ ਜਾਵੇ, ਉਹ ਸਾਨੂੰ ਪਤਾ ਟਰੈਕਟਰਾਂ ਨੂੰ ਅਸੀਂ ਦੋਨੋਂ ਨੂੰ ਟੋਚਨ ਪਾ ਕੇ ਤਾਂ ਪਾਰ ਕਰਦੇ, ਕਿਹਾ ਸਾਡੇ ਵਾਸਤੇ ਸਰਕਾਰ ਦੀ ਕੋਈ ਸੁਣਾਈ ਹੈ ਨਹੀਂ। ਇਸ ਕਰਕੇ ਸਾਡੀ ਬੇਨਤੀ ਹੈ ਵੀ ਹੱਥ ਬੰਨ ਕੇ ਸਾਡਾ ਕੰਮ ਜਿਹੜਾ ਹੈ ਇਹ ਅਧੂਰਾ ਰਹਿ ਰਿਹਾ, ਇਹ ਪੂਰਾ ਕਰੋ ਜੀ। ਹਰ ਵਾਰੀ ਆ ਕੇ ਕਹਿ ਕੇ ਚੱਲ ਜਾਂਦੇ, ਹਰ ਵਾਰੀ ਆ ਕੇ ਕਹਿ ਕੇ ਚੱਲ ਜਾਂਦੇ, ਕਿਸੇ ਨੂੰ ਵੀ ਕਹਿ ਕੇ ਦੇਖ ਲਓ।
ਸਾਡਾ ਇੱਥੇ ਰਸਤੇ ਦਾ ਬਿਲਕੁਲ ਪ੍ਰਬੰਧ ਨਹੀਂ ਹੈ। ਸਾਨੂੰ ਪ੍ਰਸ਼ਾਸਨ ਨੂੰ ਮੰਗ ਕੀਤੀ ਜਾਂਦੀ ਹੈ ਕਿ ਸਾਡੇ ਰਸਤੇ ਦਾ ਪ੍ਰਬੰਧ ਕੀਤਾ ਜਾਵੇ। ਸਾਡੇ ਬੱਚਿਆਂ ਨੂੰ ਬਹੁਤ ਦਿੱਕਤ ਹੁੰਦੀ ਹੈ ਸਕੂਲ ਆਉਣ ਜਾਣ ਦੇ ਵਿੱਚ, ਸਾਨੂੰ ਖੱਡ 'ਚ ਚੱਕ ਕੇ ਲੰਘਾਉਣਾ ਪੈਂਦਾ ਬੱਚਿਆਂ ਨੂੰ, ਟੂ ਵੀਲਰ ਕੋਈ ਨਹੀਂ ਜਾਂਦਾ, ਇੰਨਾ ਰਸਤਾ ਖਰਾਬ ਹੋ ਜਾਂਦਾ ਜੀ, ਗੋਡੇ ਗੋਡੇ ਪਾਣੀ ਚੜ ਜਾਂਦਾ, ਬਹੁਤ ਦਿੱਕਤ ਆਉਂਦੀ ਬੱਚਿਆਂ ਨੂੰ, ਛੁੱਟੀਆਂ ਕਰਵਾਉਣੀਆਂ ਪੈਂਦੀਆਂ ਹਨ ਸਕੂਲ ਦੀਆਂ। ਇਸ ਕਰਕੇ ਸਾਨੂੰ ਸਾਡੀ ਸਰਕਾਰ ਮੂਹਰੇ ਮੰਗ ਹੈ ਜੀ, ਰਸਤਾ ਸਾਡਾ ਬਣਾਇਆ ਜਾਵੇ। ਕਾਫੀ ਵਾਰ ਅਸੀਂ ਕਾਫੀ ਮੰਤਰੀਆਂ ਕੋਲ ਜਾਇਆ ਹੈ ਜੀ, ਸਾਡੀ ਸਰਕਾਰ ਸੁਣਾਈ ਨਹੀਂ ਕਰਦੀ ਹੈ ਜੀ। ਫਿਰ ਅਸੀਂ ਰੋਡਾਂ 'ਤੇ ਧਰਨੇ ਲਾਵਾਂਗੇ, ਸਾਰੇ ਬੱਚੇ ਬੈਠ ਕੇ, ਪਰਿਵਾਰ ਪੂਰਾ ਬੈਠ ਕੇ ਧਰਨੇ ਲਾਵਾਂਗੇ। ਸਾਡੀ ਪ੍ਰਸ਼ਾਸਨ ਮੂਹਰੇ ਮੰਗ ਹੈ ਜੀ, ਸਾਡੇ ਰਸਤੇ ਦਾ ਹੱਲ ਕੀਤਾ ਜਾਵੇ। ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਖੱਡ ਆ ਜਾਂਦੀ ਹੈ, ਫਿਰ ਸਾਨੂੰ ਲੰਘਣ ਵੜਨ ਦੀ ਬਹੁਤ ਦਿੱਕਤ ਹੁੰਦੀ ਹੈ ਜੀ। ਸਾਡੇ ਕੋਈ ਗੈਸਟ ਵੀ ਨਹੀਂ ਆਉਂਦਾ, ਬਹੁਤ ਜ਼ਿਆਦਾ ਔਖਾ ਹੁੰਦਾ, ਸਾਡੇ ਬੱਚਿਆਂ ਨੂੰ ਵੀ ਅੰਦਰੋਂ ਵੀ ਬਾਹਰ ਨਹੀਂ ਨਿਕਲਿਆ ਜਾਂਦਾ, ਸਾਰਾ ਰਸਤਾ ਖਰਾਬ ਹੋ ਜਾਂਦਾ, ਤੁਸੀਂ ਬਾਕੀ ਆਪ ਦੇਖ ਲਓ। ਸਾਰੀ ਫਤਿਹ ਹਿਮਾਚਲ ਪ੍ਰਦੇਸ਼ ਵਿੱਚ ਅੱਜ ਜਿਹੜਾ ਸਭ ਤੋਂ ਬੜੀ ਦੁਖਦਾਈ ਗੱਲ ਹੈ, ਰਾਖੋੜੀ ਸਾਹਿਬ ਦੀ ਬਸਤੀ ਜੱਜਰ ਪਿੰਡ ਵਿੱਚ ਪੈਂਦਾ, ਕੋੜਾਵਾਲੀ ਪੰਚਾਇਤ ਵਿੱਚ, ਅਤੇ ਇਸ ਦੇ ਵਿੱਚ ਕੋਈ ਸੁਣਾਈ ਨਹੀਂ ਹੈ। ਬੜੇ ਪੰਚਾਇਤਾਂ ਨੂੰ ਵੀ ਕਹਿ ਲਿਆ, ਪ੍ਰਧਾਨਾਂ ਨੂੰ ਵੀ ਕਹਿ ਲਿਆ, ਮੰਤਰੀਆਂ ਨੂੰ ਵੀ ਕਹਿ ਲਿਆ ਕਿ ਭਾਈ ਕੋਈ ਸੜਕ ਦਾ ਉਪਰਾਲਾ ਕਰੋ, ਇੱਕ ਥੋੜ੍ਹੀ ਜਿਹੀ ਕੱਢੀ ਜਿਹੀ ਲਕੀਰ ਜੀ ਆਜੂ ਦਾ, ਨਾ ਕੋਈ ਪੁਲ ਨਾ ਕੋਈ ਸੜਕ, ਜਿੱਥੇ ਕਿ ਨਿਆਣੇ ਬੱਚਿਆਂ ਨੂੰ ਵੀ ਸਾਰਿਆਂ ਤਕਲੀਫ ਹੈ। ਇਹ ਨਹੀਂ ਕਿ ਹੁਣ ਦੀ ਹੈ ਕਿ ਪਹਿਲਾਂ 'ਤੇ ਹੀ ਹੈ, ਕਿ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਫਿਰਿਆਂ ਨੂੰ ਕਹਿ ਲਿਆ, ਅੱਜ ਅਸੀਂ ਤਾਂ ਇਹ ਮੀਡੀਆ ਵਿੱਚ ਪਾਉਣ ਲੱਗੇ ਕਿ ਜਦ ਅੱਜ ਤੱਕ ਸਾਡੀ ਸੁਣਵਾਈ ਨਹੀਂ ਕੀਤੀ ਗਈ, ਇਹ ਕਿ ਨਾ ਕੋਈ ਪੁਲੀ ਹੈ ਅਤੇ ਪੁਲੇ ਨਾ ਇਹ ਸੜਕ ਦਾ ਉਪਰਾਲਾ ਕਰ ਰਹੇ। ਇਹ ਟਾਈਮ ਅੱਜ ਵੀ ਇੱਥੇ ਪਹਿਲਾਂ ਹੀ ਬੱਚੇ ਖੜ੍ਹੇ, ਉਹ ਹਕੀਕਤ ਦੇ ਨਾਲ ਨੱਕੀਆਂ ਜਾ ਕੇ ਲੱਗੇ, ਅਗੇ ਤਾਂ ਜਰਜਰ ਵਿੱਚ ਪੁੱਛ ਕੇ ਦੇਖ ਲਓ, ਬਲੋਲੀ ਵਾਲੇ ਬੱਚਿਆਂ ਨੂੰ ਪੁੱਛ ਕੇ ਦੇਖ ਲਓ, ਇਹ ਸੱਚ ਹੈ ਕਿ ਝੂਠ ਹੈ, ਆਗੇ ਪੁੱਛ ਕੇ ਦੇਖ ਲਓ ਕਿ ਪਿਆਰਿਓ ਦੋ, ਇੱਕ ਲੜਕੀ ਅਤੇ ਇੱਕ ਲੜਕਾ ਆਪਣੇ ਨੱਕੀਆਂ ਜਾ ਕੇ ਫੜੇ ਗਏ ਉੱਥੇ ਪਿਆਰਿਓ ਇਸ ਪੁਲ ਵਿੱਚ, ਇਹ ਕਾਰਨ ਕਿਉਂਕਿ ਇੱਥੇ ਕੋਈ ਸਾਰ ਪੁੱਛਿਆ ਨਹੀਂ ਗਿਆ ਕਰ ਰਹੇ। ਤਾਂ ਅੱਜ ਫਿਰ ਅੱਜ ਮੀਡੀਆ ਵਿੱਚ ਲਾਰਾ ਲਾ ਜਾਂਦੇ ਹੈ, ਬਸ ਜੀ ਬਣ ਜੂੰਗਾ ਬਣ ਜੂੰਗਾ, ਅੱਜ ਤਾਂ ਹੀ ਨਹੀਂ ਬਣਿਆ ਕਰਦਾ ਕਿ ਪਿਆਰ ਕਿਹਾ ਅਸੀਂ ਕੋਈ ਬੰਦੇ ਨਹੀਂ ਹੈ, ਕਿਹਾ ਅਸੀਂ ਜਹਾਨ ਵਿੱਚ ਆਏ ਵੀ ਨਹੀਂ ਹੈ, ਇਹ ਸਾਡੇ ਜੱਜਰ ਅਤੇ ਇਲਾਕੇ ਆਪਣੇ ਕਿੱਕਰ ਵਾਲੀ ਤਾਈ ਨੂੰ ਇਹ ਡੋਲ ਵਸਤੀ ਦਿਓ, ਆ ਜੀ ਬਣਾ ਦੂੰਗੇ ਜੀ, ਬਸ ਇੱਕ ਵਾਰ ਲਾਰਾ ਜਾਂ ਲਾ ਕੇ ਚਲ ਜਾਂ, ਮੁੜ ਕੇ ਕੋਈ ਵਾਪਸ ਨਹੀਂ, ਅੱਜ ਤਾਂ ਅਸੀਂ ਸੁਣਾਈ ਨਹੀਂ ਹੈ। ਅੱਜ ਅਸੀਂ ਦੇਖੋ ਬੱਚੇ ਸਾਰੇ ਖੜ੍ਹੇ ਹੈ, ਇਹ ਸਕੂਲਾਂ ਵਾਲੇ ਹੈ, ਇਹ ਸਕੂਲਾਂ ਵਾਲੇ ਵੀ ਸਾਰੇ ਤੰਗ ਹੋਏ ਹੈ, ਹੋਰ ਅੱਜ ਕੇ ਇੱਧਰ ਤਾਂ ਕਹਿ ਲਓ ਆਪਣੇ ਸਾਰੇ ਕੋਈ ਗੱਡੀ ਦਾ ਸਾਧਨ ਨਹੀਂ, ਜੇ ਅਸੀਂ ਆਪ ਬਣਾਉਂਦੇ ਹਾਂ ਟੁੱਟ ਭੱਜ ਕਰਕੇ, ਆਪ ਬਣਾ ਕੇ ਆਪ ਰਾਸਤਾ ਲਾ ਕੇ ਤਾਂ ਆਪ ਬਣਾਉਂਦੇ ਹੈ, ਹੁਣ ਵੀ ਸਾਰਾ ਉਦੋਂ ਉਪਰਾਲਾ ਕਰਕੇ ਇਹ ਸਾਰੀ ਪੰਚਾਇਤ ਨੂੰ ਸਾਰੇ ਕਿਹਾ, ਕੋਈ ਸੁਣਾਈ ਕੋਈ ਕੀਤੀ ਨਹੀਂ ਜਾਂਦੀ। ਇਹ ਕਿ ਆਪ ਜੀ ਬੇਨਤੀ ਹੈ ਕਿ ਪਿਆਰ ਸਾਡੀ ਸੁਣਾਈ ਕੀਤੀ ਜਾ ਰਿਹਾ, ਨਹੀਂ ਤਾਂ ਜੇ ਨਹੀਂ ਬੇਨਤੀ ਕਰਾਂਗੇ ਤਾਂ ਸ਼ਿਮਲੇ ਤੱਕ ਆ ਕੇ ਅਸੀਂ ਉੱਥੇ ਜਾ ਕੇ ਸਾਰੇ ਬੈਠ ਜਾਵਾਂਗੇ, ਆਹ ਸਾਨੂੰ ਭਾਈ ਰੋਟੀ ਪਾਣੀ ਵੀ ਦਿਓ, ਸਾਨੂੰ ਸਭ ਕੁਛ ਦੇ, ਅਸੀਂ ਉਸ ਨਗਰ ਨੂੰ ਛੱਡ ਦਿੰਦੇ ਹੈ ਕਿ ਸਾਡਾ ਕੋਈ ਉਪਰਾਲਾ ਕੀਤਾ ਜਾਵੇ। ਵਾਹਿਗੁਰੂ ਸਾਹਿਬ।